ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਉਹ ਮੰਗ ਕੇ ਤੇ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ ਕਹਿੰਦੇ ਸਵੇਰੇ ਘਰੋਂ ਨਿਕਲ ਜਾਣਾ ਲੋਕਾਂ ਦੇ ਘਰੋਂ ਮੰਗਿਆ ਕਰਨਾ ਕਿਸੇ ਨੇ ਸਬਜ਼ੀ ਦੇ ਦਿਆ ਕਰਨੀ ਕਿਸੇ ਨੇ ਰੋਟੀ ਦੇ ਦਿਆ ਕਰਨੀ ਇਸ ਕੋਲ ਜੋਸ਼ਾ ਹੁੰਦੀ ਉਹਨੇ ਦੇ ਦਿਆ ਕਰਨੀ ਨਗਰ ਤੋਂ ਬਾਅਦ ਇੱਕ ਰੋਕ ਸੀ ਉਸ ਥੱਲੇ ਬੈਠ ਕੇ ਤੇ ਉਸਨੇ ਸ਼ੱਕ ਲਿਆ ਕਰਨਾ ਰੋਜ਼ ਸਵੇਰੇ ਘਰੋਂ ਨਿਕਲ ਜਾਇਆ ਕਰਨਾ ਕਿਸੇ ਪ੍ਰਸ਼ਾਦਾ ਦੇਣਾ ਤੇ ਕਿਸੇ ਸਬਜੀ ਐਵੇਂ ਉਹਦਾ ਗੁਜ਼ਾਰਾ ਹੋਣ ਤਿਆ ਸੀ ਕਿੰਦੇ ਇੱਕ ਦਿਨ ਉਹ ਸਾਰਿਆਂ ਦੇ ਕਰ ਗਿਆ ਪਰ ਅੱਜ ਉਹਨੂੰ ਕਿਸੇ ਵੀ ਪ੍ਰਸ਼ਾਦਾ ਨਾ ਦਿੱਤਾ ਸਭ ਨੇ ਕਿਹਾ ਥੋੜੇ ਸਮੇਂ ਚ ਆਈ ਹਜੇ ਪ੍ਰਸ਼ਾਦਾ ਨਹੀਂ ਬਣਿਆ ਕਿਸੇ ਨੇ ਕਾਥ ਥੋੜੇ ਸਮੇਂ ਚ ਆਈ ਹਜੇ ਅਸੀਂ ਆਪ ਖਾਂਦੇ ਕਿੰਦੇ ਵਾਰ-ਵਾਰ ਇਹੀ ਉਹਨੂੰ ਕਹੀਗੇ ਕਿੰਦੇ ਹਾਰ ਥੱਕ ਕੇ ਤੇ ਉਹ ਉਸ ਰੁੱਖ ਦੇ ਥੱਲੇ ਜਾ ਕੇ ਤੇ ਬੈਠ ਗਿਆ ਹੁਣ ਨਿਰਾਸ਼ਾ ਵਾਲੇ ਭਾਵਸਨ ਬੀਕੀ ਤੋਂ ਕੁਝ ਵੀ ਖਾਣ ਨੂੰ ਨਹੀਂ ਮਿਲਿਆ ਇੰਨੇ ਨੂੰ ਇੱਕ ਮਾਈ ਤੁਰਦੀ ਹੋਈ ਆਈ ਉਹਦੇ ਸਿਰ ਉੱਤੇ ਹੱਥ ਰੱਖਿਆ ਕਿਹਾ ਪੁੱਤ ਆ ਲੈ ਇੱਕ ਕਣਕ ਦਾ ਦਾਣਾ ਇਹ ਕਣਕ ਦਾ ਦਾਣਾ ਤੇਰੇ ਵੇੜੇ ਬਰਕਤ ਪਾ ਦੇਗਾ ਕਿੰਦੇ ਉਹ ਤਲੀ ਤੇ ਉਹਦੇ ਦਾਣਾ ਪਿਆ ਸੀ ਜਿਵੇਂ ਮੂੰ ਚੱਕ ਕੇ ਉੱਤੇ ਦੇਖਦਾ ਤੇ ਉੱਥੇ ਕੋਈ ਨਹੀਂ ਹੁੰਦਾ ਉਹਦੇ ਕੋਲ ਨਾ ਹਮੇਸ਼ਾ ਇੱਕ ਝੋਲਾ ਹੋਇਆ ਕਰਦਾ ਸੀ ਕਹਿੰਦੇ ਉਹ ਕਣਕ ਦਾ ਦਾਣਾ ਝੋਲੇ ਚ ਪਾ ਕੇ ਤੇ ਅਗਾਂ ਨੂੰ ਨਿਕਲ ਜਾਂਦਾ ਕਹਿੰਦੇ ਇੰਨੇ ਨੂੰ ਨਾ ਕਿਸੇ ਸੇਠ ਤੇ ਦਾਵਤ ਹੋਣ ਦੀ ਸੀ ਕਹਿੰਦੇ ਉਹਦੇ ਜਿਹੜੇ ਨੌਕਰ ਸਨ ਕਾਮੇ ਸਨ ਉਹਨੂੰ ਆਵਾਜ਼ ਲਗਾ ਕੇ ਲੈ ਕੇ ਗਏ ਕਿਹਾ ਅੱਜ ਸੇਠ ਦੇ ਪੁੱਤ ਹੋਇਆ ਤੇ ਇਹਦੇ ਕਰਕੇ ਉਹ ਸਭ ਨੂੰ ਪ੍ਰਸ਼ਾਦਾ ਪਾਣੀ ਖਵਾਉਂਦੇ ਤੁਸੀਂ ਵੀ ਆਓ ਤੇ ਪ੍ਰਸ਼ਾਦਾ ਪਾਣੀ ਸ਼ਕੋ ਕਿੰਦੇ ਹੋ ਗਿਆ ਉਹਨੇ ਢਿੱਡ ਭਰ ਕੇ ਤੇ ਉਥੇ ਪ੍ਰਸ਼ਾਦਾ ਛਕਿਆ ਉਹ ਸੱਚੀ ਮਨਨ ਉਹਦੇ ਮਨ ਚ ਆਇਆ ਵੀ ਜਦੋਂ ਦਾ ਇਹ ਦਾਣਾ ਮੇਰੇ ਕੋਲ ਆਇਆ ਤੇ ਮੈਨੂੰ ਪ੍ਰਸ਼ਾਦਾ ਮਿਲ ਗਿਆ ਅੱਜ ਤੱਕ ਕਿਸੇ ਘਰੋਂ ਬਹੀ ਰੋਟੀ ਤੇ ਕਿਸੇ ਘਰੋਂ ਪਹੀ ਸਬਜੀ ਮਿਲਦੀ ਸੀ ਅੱਜ ਤਾਜ਼ਾ ਭੋਜਨ ਨਸੀਬ ਹੋ ਗਿਆ ਇਹ ਦਾਣਾ ਸੱਚੀ ਕਰਾਮਾਤੀ ਐ ਇੰਨਾ ਕਹਿ ਕੇ ਹੁਣ ਖਾ ਕੇ ਤੇ ਅਗਾ ਚਲਾ ਜਾਂਦਾ ਜਦੋਂ ਅਗਾ ਜਾਂਦਾ ਸ਼ਾਮ ਦਾ ਸਮਾਂ ਹੋ ਗਿਆ ਹੁੰਦਾ ਸੋਚਣ ਲੱਗਦਾ ਹੈ ਘਰ ਤਾਂ ਬੜੀ ਦੂਰ ਰਹਿ ਗਿਆ ਹੁਣ ਸੋਵਾਂਗਾ ਕਿੱਥੇ ਇੰਨੇ ਨੂੰ ਇੱਕ ਮਾਈ ਉਹਦੇ ਬੂਹੇ ਦੇ ਅੱਗੇ ਖੜੀ ਹੁੰਦੀ ਆਪਣੇ ਘਰ ਦੇ ਉਹ ਦੇਖਦੀਏ ਵੀ ਅੱਗੇ ਤਾਂ ਹੁਣ ਨਗਰ ਬੜੀ ਦੂਰ ਹੈ ਕਿਹਾ ਜੇਕਰ ਪਲੇਪੁਰ ਕੋ ਤੁਸੀਂ ਆਰਾਮ ਕਰਨਾ ਚਾਹੋ ਤਾਂ ਸਾਡੇ ਘਰ ਰਾਤ ਨੂੰ ਆਰਾਮ ਕਰ ਸਕਦੇ ਉਹ ਇੰਨਾ ਸੁਣਦੇ ਉਸਦੇ ਘਰ ਚਲਾ ਗਿਆ ਉਹ ਮਾਈ ਨੇ ਕਮਰੇ ਦਾ ਦਰਵਾਜ਼ਾ ਖੋਲ ਦਿੱਤਾ ਹੁਣ ਉੱਥੇ ਬੈਠ ਕੇ ਤੇ ਉਹਨੇ ਉਹਨੂੰ ਮੰਝਾ ਜੋ ਵੀ ਜ਼ਰੂਰਤ ਦਾ ਸਮਾਨ ਸੀ ਉੱਥੇ ਦੇ ਦਿੱਤਾ ਹੁਣ ਜਦੋਂ ਸੌਣ ਲੱਗਦਾ ਤੇ ਉਹ ਸੋਚਦਾ ਵੀ ਮੈਂ ਆਪਣਾ ਸਮਾਨ ਇਹਨੂੰ ਦੇ ਦਾਂ ਕਿਤੇ ਮੇਰਾ ਸਮਾਨ ਮੇਰੇ ਤੋਂ ਖੋਸ ਨਾ ਜਾਵੇ ਉਹਨੇ ਉਹ ਝੋਲਾ ਤੇ ਉਹਦੇ ਵਿੱਚ ਜਿਹੜਾ ਕਣਕ ਦਾ ਦਾਣਾ ਸੀ ਉਹ ਕੱਢ ਕੇ ਉਹ ਮਾਈ ਦੇ ਹੱਥ ਤੇ ਉੱਤੇ ਰੱਖ ਦਿੱਤਾ ਕਿਹਾ ਮਾਈ ਜਦੋਂ ਸਵੇਰੇ ਜਾਵਾਂਗਾ ਤੇ ਕਣਕ ਦਾ ਦਾਣਾ ਤੁਹਾਡੇ ਤੋਂ ਲੈ ਕੇ ਤੇ ਚਲਾ ਜਾਵਾਂਗਾ ਮਾਈ ਨੇ ਪਾਸੇ ਇੱਕ ਮੇਜ਼ ਪਿਆ ਸੀ ਉਹਦੇ ਉੱਤੇ ਝੋਲਾ ਤੇ ਉਥੇ ਉੱਤੇ ਹੀ ਉਹ ਕਣਕ ਦਾ ਦਾਣਾ ਰੱਖ ਦਿੱਤਾ ਤੇ ਉਥੋਂ ਚਲੀ ਗਈ ਕਿੰਨੇ ਜਦੋਂ ਸਵੇਰ ਹੋਈ ਨਾ ਤੇ ਮਾਈ ਦੇ ਵੇੜੇ 'ਚ ਬੜੀਆਂ ਸਾਰੀਆਂ ਕੁਕੜੀਆਂ ਸਨ ਕਹਿੰਦੇ ਇੱਕ ਕੁਕੜੀ ਨਾ ਅੰਦਰ ਵੜਾਈ ਉਹ ਤੇ ਮੇਜ਼ ਤੇ ਚੜ੍ਹ ਕੇ ਤੇ ਉਹਦਾ ਕਣਕ ਦਾ ਦਾਣਾ ਜੋ ਸੀ ਉਹ ਖਾ ਗਈ ਕਹਿੰਦੇ ਇੰਨੇ ਨੂੰ ਉਹ ਮਨੁੱਖ ਉੱਠ ਖੜਿਆ ਉਹ ਜਿਹੜਾ ਮੰਗਤਾ ਸੀ ਉਹ ਉੱਠ ਖੜਿਆ ਉਹਨੇ ਦੇਖਿਆ ਵੀ ਮੇਰਾ ਦਾਣਾ ਹੀ ਖਾ ਗਈ ਉਹਨੇ ਉੱਚੀ ਉੱਚੀ ਰੋਲਾ ਪਾ ਦਿੱਤਾ ਹੁਣ ਉਹ ਜਿਹੜਾ ਮਨੁੱਖ ਸੀ ਤੇ ਉਹਦੀ ਘਰ ਵਾਲੀ ਉਹ ਇਮਾਨਦਾਰ ਤੇ ਸੱਜਣਪੁਰਖ ਸਨ ਉਹਨਾਂ ਪੁੱਛਿਆ ਵੀ ਤੁਸੀਂ ਸਾਡੇ ਘਰ ਆਏ ਹੋ ਐਸੀ ਕਿਹੜੀ ਦਿੱਕਤ ਹੋਗੀ ਪਿੱਤੂ ਸਵੇਰੇ ਉੱਠ ਕੇ ਤੇ ਰੋਲਾ ਪਾਉਣ ਲੱਗ ਗਿਆ ਉਹਨੇ ਕਿਹਾ ਜਦੋਂ ਰਾਤ ਹੋਈ ਸੀ ਤੇ ਮੈਂ ਇਸ ਮਾਈ ਨੂੰ ਆਪਣਾ ਝੋਲਾ ਤੇ ਨਾਲ ਆ ਇੱਕ ਦਾਣਾ ਦਿੱਤਾ ਸੀ ਤੇ ਕਿਹਾ ਸੀ ਸਵੇਰੇ ਜਾਨ ਸਮੇ ਮੈਂ ਲੈ ਕੇ ਤੇ ਚਲਿਆ ਜਾਵਾਂਗਾ ਤੇ ਮਾਈ ਨੇ ਉਹ ਦਾਣਾ ਇੱਥੇ ਰੱਖ ਦਿੱਤਾ ਤੇ ਦਾਣਾ ਤੁਹਾਡੀ ਕੁਕੜੀ ਖਾਗੀ ਮੈਨੂੰ ਉਹ ਦਾਣਾ ਚਾਹੀਦਾ ਹੁਣ ਉਹ ਸੱਜਣ ਪੁਰਖਸਨ ਕਹਿੰਦੇ ਇੱਕ ਦਾਣੇ ਬਦਲੇ ਮੈਂ ਤੇਨੂੰ ਕੋਲਾ ਭਰ ਕੇ ਦਾਣਾ ਦੇਣਾ ਉਹਨੇ ਕਿਹਾ ਨਹੀਂ ਉਨੇ ਕਹਿਆ ਚਲ ਬਾਲਟੀ ਤੈਨੂੰ ਬੱਠਲ ਭਰ ਕੇ ਦੇਣਾ ਉਹਨੇ ਕਹਿਆ ਨਹੀਂ ਉਹ ਕਹਿੰਦੇ ਚਲ ਬੋਰੀ ਭਰ ਕੇ ਤੈਨੂੰ ਕਣਕ ਦੀ ਦੇ ਦਿੰਨੇ ਆ ਉਹਨੇ ਕਹਿਆ ਨਹੀਂ ਉਹ ਗੋ ਜਦੋਂ ਨਾ ਕਰੀ ਗਿਆ ਉਹ ਕਹਿੰਦੇ ਫਿਰ ਇਸ ਕੁਕੜੀ ਨਹੀਂ ਤੁਹਾਡਾ ਦਾਣਾ ਖਾਦਾ ਤੇ ਫਿਰ ਇੱਕ ਕੁਕੜੀ ਹੀ ਤੁਸੀਂ ਲੈ ਲਓ ਹੁਣ ਉਹ ਕਿੰਦਾ ਦਾਣਾ ਨਹੀਂ ਮਿਲਿਆ ਚਲ ਜਿੰਨੇ ਖਾਦਾ ਉਹ ਕੁਕੜੀ ਮਿਲ ਗਈ ਚਲ ਕਿੰਦਾ ਠੀਕ ਹੈ ਮੈਨੂੰ ਇੱਕ ਕੁਕੜੀ ਦੇ ਦੋ ਉਹਨਾਂ ਪਰਸ਼ਾਦਾ ਪਾਣੀ ਖਵਾਇਆ ਉਹ ਚੋਲੇ ਦੇ ਵਿੱਚ ਉਹ ਕੁਕੜੀ ਪਾ ਕੇ ਤੇ ਚਲਾ ਗਿਆ ਹੁਣ ਤੁਰਦੇ ਤੁਰਦੇ ਇੱਕ ਥਾਂ ਤੇ ਦੁਪਹਿਰ ਹੋ ਗਈ ਕਿੰਦੇ ਜਦੋਂ ਦੁਪਹਿਰ ਹੋ ਗਈ ਤੇ ਉਹਦੇ ਰਸਤੇ ਦੇ ਵਿੱਚ ਇੱਕ ਹਵੇਲੀ ਸੀ ਕਿੰਦੇ ਉੱਥੇ ਜਾ ਕੇ ਖੜ ਗਿਆ ਹੁਣ ਉਸ ਜਿਹੜੀ ਹਵੇਲੀ ਦੇ ਮਾਲਕ ਸਨ ਉਹ ਵੀ ਬੜੇ ਸੂਝਵਾਨ ਸੁਲਝੇ ਹੋਏ ਤੇ ਬੜੇ ਧਾਰਮਿਕ ਇਨਸਾਨ ਸਨ ਕਿੰਦੇ ਉਹਨਾਂ ਕਹਾ ਵੀ ਤਿੱਖੜ ਢੋਪਾ ਸਾਡੇ ਘਰ ਆ ਕੇ ਤੇ ਆਰਾਮ ਕਰ ਲੋ ਜਦੋਂ ਨਾ ਪ੍ਰਸ਼ਾਦਾ ਪਾਣੀ ਖਵਾਇਆ ਤੇ ਉਹਨੇ ਕਿਹਾ ਰਾਤ ਵੀ ਇੱਥੇ ਹੀ ਆਰਾਮ ਕਰ ਲੋ ਹੁਣ ਜਦੋਂ ਰਾਤ ਵੀ ਕਿਹਾ ਇੱਥੇ ਆਰਾਮ ਕਰ ਲੋ ਤੇ ਉਹਨੇ ਕਿਹਾ ਵੀ ਆ ਮੇਰਾ ਚੋਲਾ ਤੇ ਆ ਜਿਹੜੇ ਕੁਕੜੀਆਂ ਤੁਸੀਂ ਇਹਨੂੰ ਦੋਵਾਂ ਨੂੰ ਸੰਭਾਲ ਕੇ ਰੱਖਿਓ ਸਵੇਰੇ ਜਾਣ ਸਮੇਂ ਇਹ ਮੈਂ ਤੁਹਾਡੇ ਤੋਂ ਲੈ ਕੇ ਤੇ ਚਲਾ ਜਾਵਾਂਗਾ ਉਹਨੇ ਕਿਹਾ ਠੀਕ ਹੈ ਉਹ ਮਾਈ ਨੇ ਵੀ ਪੜੀਆਂ ਸਾਰੀਆਂ ਕੁਕੜੀਆਂ ਰੱਖੀਆਂ ਸਨ ਉਹਨੇ ਉਸ ਖੁੱਡੇ ਦੇ ਵਿੱਚ ਉਹਨਾਂ ਵੀ ਜਾ ਕੇ ਉੱਥੇ ਰੱਖ ਦਿੱਤਾ ਜਦੋਂ ਸਵੇਰ ਹੋਈ ਉਹ ਉੱਠਿਆ ਜਾਣ ਲਈ ਉਹ ਕਿੰਦਾ ਮਾਈ ਵੀ ਪ੍ਰਸ਼ਾਦਾ ਪਾਣੀ ਖਾ ਲਿਆ ਹੁਣ ਮੈਨੂੰ ਮੇਰੀ ਕੁਕੜੀ ਦੇ ਦਿਓ ਜਦੋਂ ਕੁਕੜੀ ਉਹ ਲੈਣ ਜਾਂਦੇ ਆ ਤੇ ਉਹ ਪਿਛਲੇ ਪਾਸੇ ਦੇਖਦੇ ਆ ਵੀ ਉਹ ਕੁਕੜੀ ਦੇ ਖੰਭ ਜਿਹੜੇ ਅਲੱਗ ਹੋਏ ਪਏ ਨੇ ਉਹਦੇ ਆਪਣੇ ਕਾਮੇ ਤੋਂ ਪੁੱਛਿਆ ਵੀ ਇਹ ਕੀ ਵਾਪਰਿਆ ਉਹਨੇ ਕਿਹਾ ਜੀ ਤੁਸੀਂ ਕੁਕੜੀ ਨੂੰ ਜਿਹੜੇ ਖੋਡੇ ਛੱਡ ਕੇ ਆਏ ਸੀ ਤੁਹਾਡੀਆਂ ਕੁਕੜੀਆਂ ਨੇ ਉਹਨੂੰ ਗੈਰ ਸਮਝ ਕੇ ਤੇ ਉਹਨੂੰ ਚੁੰਝਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਤੁਹਾਡੇ ਉਸ ਖੁੱਡੇ ਚੋਂ ਨਿਕਲ ਕੇ ਤੇ ਬਾਹਰ ਆ ਗਈ ਬਾਹਰ ਆਇਆ ਤੇ ਕੁੱਤਾ ਖੁੱਲਿਆ ਹੋਇਆ ਸੀ ਉਹਨੇ ਖੰਭ ਨੋਝ ਕੇ ਤੇ ਉਸਨੂੰ ਖਾ ਲਿਆ ਜਦੋਂ ਇਹ ਗੱਲ ਸੁਣੀ ਤੇ ਉਹ ਉੱਥੇ ਰੋਲਾ ਰੱਪਾ ਪਾਉਣ ਲੱਗ ਗਿਆ ਵੀ ਮिन्नੂ ਮੇਰੀ ਉਹੀ ਕੁਕੜੀ ਚਾਹੀਦੀ ਉਨੇ ਕਿਹਾ ਸਾਰੀਆਂ ਇੰਨੀਆਂ ਕੁਕੜੀਆਂ ਨੇ ਤੁਸੀਂ ਜਿਹੜੀ ਮਰਜ਼ੀ ਲੈ ਜਾਓ ਇੱਕ ਦੇ ਬਦਲੇ ਦੋ ਲੈ ਜਾਓ ਉਹਨੇ ਕਿਹਾ ਨਹੀਂ ਮੈਨੂੰ ਇਹ ਨਹੀਂ ਚਾਹੀਦੀ ਮੈਨੂੰ ਉਹ ਹੀ ਚਾਹੀਦੀ ਜੋ ਮੈਂ ਲੈ ਕੇ ਆਇਆ ਸੀ ਉਹਨੇ ਕਿਹਾ ਉਹ ਤਾਂ ਹੁਣ ਮਿਲਨ ਤੋਰੀ ਉਹ ਕਿੰਦੇ ਚੱਲ ਐਵੇਂ ਕਰ ਲਓ ਜਿੰਨੇ ਇਹ ਖਾਦੇ ਤੁਸੀਂ ਉਹ ਕੁੱਤਾ ਹੀ ਰੱਖ ਲਓ ਕਿੰਦਾ ਚਲੋ ਇਹ ਠੀਕ ਹੈ ਉਹਨੇ ਉਹ ਕੁੱਤਾ ਫੜਿਆ ਉਹ ਤੋਂ ਲੈ ਕੇ ਤੇ ਚਲਾ ਗਿਆ ਹੁਣ ਉਹ ਕੁੱਤਾ ਉਹਨਾਂ ਦਾ ਸੀ ਉਹ ਬੜਾ ਜ਼ਿਆਦਾ ਸੋਹਣਾ ਸੀ ਤੇ ਹਸ਼ਟਪੋਸਟ ਸੀ ਕਿੰਦੇ ਉਹਦੀ ਰਸੀ ਫੜੀ ਤੇ ਲੈ ਕੇ ਚਲਾ ਗਿਆ ਤੁਰਦੇ ਤੁਰਦੇ ਅਗੇ ਅਗਲੇ ਨਗਰ ਪਹੁੰਚਿਆ ਕਿੰਦੇ ਉਥੋਂ ਦਾ ਜਿਹੜਾ ਰਾਜਾ ਰਾਣੀ ਸੀ ਉਹਨਾਂ ਦੀ ਇੱਕ ਧੀ ਸੀ ਕਹਿੰਦੇ ਉਹ ਉਹਨਾਂ ਦੇ ਜਦੋਂ ਨਗਰ ਗਿਆ ਤੇ ਉਹਨੇ ਦੇਖਿਆ ਵੀ ਇਹ ਉਥੇ ਲੋਕਾਂ ਤੋਂ ਪੁੱਛਿਆ ਵੀ ਇੱਥੇ ਕੌਣ ਰਾਜ ਕਰਦਾ ਉਹਨਾਂ ਦੱਸਿਆ ਵੀ ਇੱਕ ਰਾਜਾ ਤੇ ਰਾਣੀ ਹੈ ਤੇ ਉਹਨਾਂ ਦੀ ਇਕਲੌਤੀ ਧੀ ਹੈ ਮਹਿਲ ਦੇ ਕੋਲ ਜਾ ਕੇ ਖੜਾ ਹੋ ਗਿਆ ਮਹਿਲ ਦੇ ਸੈਨਿਕਾਂ ਨੇ ਵੇਖਿਆ ਵੀ ਇਹਨੂੰ ਭੁੱਖ ਪਿਆਸ ਲੱਗੀ ਹੈ ਉਹ ਅੰਦਰ ਲੈ ਕੇ ਤੇ ਚਲੇ ਗਏ ਜਦੋਂ ਅੰਦਰ ਲੈ ਕੇ ਗਏ ਤਾਂ ਉਹਨਾਂ ਪੁੱਛਿਆ ਵੀ ਕਿਵੇਂ ਉਹਨੇ ਕਿਹਾ ਜੀ ਮੈਂ ਮੰਗ ਤੰਗ ਕੇ ਗੁਜ਼ਾਰਾ ਕਰਦਾ ਤੇ ਭੁੱਖ ਪਿਆਸ ਪਿਆਸ ਨਾਲ ਮੀਨੂੰ ਹੁਣ ਲੱਗੀ ਹੋਈ ਹੈ ਉਹਨੇ ਕਿਹਾ ਕੋਈ ਨਾ ਉਹਨਾਂ ਨੇ ਬਿਠਾਇਆ ਤੇ ਪ੍ਰਸ਼ਾਦਾ ਪਾਣੀ ਖਵਾਇਆ ਹੁਣ ਉਸਦੇ ਮਨ ਚ ਮਨ ਚ ਲਾਲਚ ਆ ਗਿਆ ਵੀ ਇਕਲੋਤੀ ਇਹਨਾਂ ਦੀ ਧੀ ਹੈ ਹੋਵੇ ਨਾ ਤੇ ਮੇਰਾ ਇਸਤੇ ਨਾਲ ਵਿਆਹ ਹੋ ਜੇ ਤੇ ਮੈਂ ਆਪਣੀ ਜ਼ਿੰਦਗੀ ਸੋਖੀ ਗੁਜ਼ਾਰ ਲਾਂ ਉਹਨੇ ਕੁੱਤੇ ਨੂੰ ਪੜਾ ਸਿਖਾ ਕੇ ਕਿਹਾ ਵੀ ਉਹਨਾਂ ਦੀ ਧੀ ਦੇ ਤੂੰ ਪਿੱਛੇ ਲੱਗ ਜਾ ਕਿੰਦੇ ਕੁੱਤਾ ਜਿਵੇਂ ਉਹਨੂੰ ਸਿਖਾਇਆ ਤੇ ਉਵੇਂ ਉਸ ਚੇੜੀ ਉਹਨਾਂ ਦੀ ਧੀ ਸੀ ਰਾਜਕੁਮਾਰੀ ਦੇ ਪਿੱਛੇ ਲੱਗ ਗਿਆ ਕਿੰਦੇ ਰਾਜਕੁਮਾਰੀ ਨੇ ਉਸ ਤੋਂ ਬਚਣ ਲਈ ਇੱਕ ਡੰਡਾ ਚੁੱਕ ਕੇ ਤੇ ਉਹਦੇ ਸਿਰ ਦੇ ਵਿੱਚ ਮਾਰ ਦਿੱਤਾ ਕਿੰਦੇ ਜਦੋਂ ਸਿਰ ਦੇ ਵਿੱਚ ਮਾਰਿਆ ਕੁਝ ਸਮੇਂ ਬਾਅਦ ਉਹ ਕੁੱਤਾ ਫੇਰ ਖੜਾ ਹੋ ਗਿਆ ਕਿੰਦੇ ਰਾਜਕੁਮਾਰੀ ਨੇ ਹੁਣ ਬਹੁਤ ਜ਼ਿਆਦਾ ਜ਼ੋਰ ਕੇ ਉਹਦੇ ਸਿਰ ਦੇ ਵਿੱਚ ਡੰਡਾ ਮਾਰਿਆ ਕਿੰਦੇ ਉਹ ਕੁੱਤਾ ਜਿਹੜਾ ਸੀ ਉੱਥੇ ਹੀ ਧਰਾ ਟੇਢ ਹੋ ਗਿਆ ਕਿੰਦੇ ਸਾਰਾ ਕੁਝ ਵੇਖਦਾ ਪਿਆ ਸੀ ਪਰ ਉਹ ਇਹ ਦੱਸਣਾ ਨਹੀਂ ਸੀ ਚਾਹੁੰਦਾ ਜਦੋਂ ਸ਼ਾਮ ਜੀ ਹੋਈ ਤੇ ਕਹਿੰਦਾ ਮੈਂ ਤਾਂ ਆਪਣੇ ਘਰ ਜਾਣਾ ਤੁਸੀਂ ਮੇਰਾ ਕੁੱਤਾ ਮੈਨੂੰ ਵਾਪਸ ਕਰੋ ਉਹਨਾਂ ਕਿਹਾ ਜੀ ਉਹ ਜਣਾ ਕੁੱਤੇ ਉਹ ਤਾਂ ਅਕਾਲ ਚਲਾਨੇ ਕਰਕੇ ਕਿੰਨਾ ਜੇ ਕੁੱਤਾ ਕਾਲ ਚਲਾਨੇ ਕਰਕੇ ਜਿਸ ਨੇ ਕੁੱਤੇ ਨੂੰ ਮਾਰਿਆ ਤੁਸੀਂ ਮੈਨੂੰ ਉਹ ਦੇ ਦੋ ਮੈਂ ਉਹਨੂੰ ਹੀ ਰੱਖ ਲਾਂਗਾ ਜਦੋਂ ਇਹ ਗੱਲ ਰਾਜੇ ਤੇ ਰਾਣੀ ਨੇ ਸੁਣੀ ਉਹ ਬੜਾ ਜ਼ਿਆਦਾ ਉਹਨਾਂ ਨੂੰ ਗੁੱਸਾ ਆਇਆ ਪਰ ਉਹਨਾਂ ਨੇ ਬੁੱਧੀਮਾਨੀ ਨਾਲ ਆਪਣਾ ਆਪਣਾ ਫੈਸਲਾ ਸੁਣਾਇਆ ਕਹਿੰਦੇ ਠੀਕ ਹੈ ਜਿਹੜਾ ਤੇਰਾ ਕੁੱਤਾ ਹੈ ਨਾ ਉਹਨੂੰ ਸਾਡੀ ਧੀ ਨੇ ਮਾਰਿਆ ਉਨੀਤ ਆਪਣੇ ਪਚਾਵ ਜਮਾਰਿਆ ਸੀ ਇਸ ਲਈ ਤੋਂ ਇੱਕ ਗੱਲ ਕਰ ਅਸੀਂ ਨਾ ਤੈਨੂੰ 1000 ਸੋਨੇ ਦੀਆਂ ਮੋਹਰਾਂ ਦਿੰਨੇ ਆ ਜੇ ਇੱਕ ਮਹੀਨੇ ਚ ਤੂੰ ਦੁੱਗਣਾ ਕਰਕੇ ਲਾਇਆ ਤੇ ਅਸੀਂ ਆਪਣੀ ਤੀ ਦਾ ਕਾਰਜ ਤੇਰੇ ਨਾਲ ਕਰ ਦਾਂਗੇ ਹੁਣ 1000 ਸੋਨੇ ਦੀਆਂ ਮੋਹਰਾਂ ਦਾ ਸੁਣ ਕੇ ਉਹਨਾਂ ਦੇ ਮਨ ਚ ਲਾਲਚ ਆ ਗਿਆ ਉਹਨੇ ਕੀਤਾ ਕਹਿੰਦਾ ਠੀਕ ਹੈ ਹੁਣ 1000 ਸੋਨੇ ਦੀਆਂ ਮੋਹਰਾਂ ਲੈ ਕੇ ਤੇ ਉਹ ਜਾਈ ਜਾਂਦਾ ਪਹਿਲਾਂ ਸੋਚਦਾ ਹੈ ਵੀ 1000 ਸੋਨੇ ਦੀਆਂ ਮੋਹਰਾਂ ਦਾ ਮੈਂ ਕੀ ਕਰਾਂਗਾ ਫਿਰ ਸੋਚਦਾ ਵੀ ਕੋਈ ਨਾ ਕੋਈ ਵਪਾਰ ਕਰ ਲਾਂਗਾ ਫਿਰ ਮਨ ਚ ਆਉਂਦਾ ਵੀ ਮੈਨੂੰ ਤਾਂ ਵਪਾਰ ਕਰਨਾ ਆਉਂਦਾ ਹੀ ਨਹੀਂ ਮੈਂ ਤਾਂ ਸਾਰੀ ਉਮਰ ਜਿਹੜੀ ਆ ਉਹ ਮੰਗ ਕੇ ਹੀ ਕੱਢੀ ਕਿੰਨਾ ਕੋਈ ਨਾ ਪਹਿਲਾਂ ਵਿੱਚੋਂ ਕੁਝ ਤਾਂ ਨਰਾਸ਼ੀ ਖਰਚ ਕਰਕੇ ਸੋਹਣੀ ਜ਼ਿੰਦਗੀ ਬਤੀਤ ਕਰਦਾ ਖਾਣਾ ਪੀਣਾ ਵਾ ਤੇ ਉਸ ਤੋਂ ਬਾਅਦ ਸੋਚਾਂਗਾ ਵੀ ਕੀ ਵਪਾਰ ਕਰਨੇ ਕਿੰਦੇ ਜਿਵੇਂ ਉਹ ਪੋਟਲੀ ਦੇ ਵਿੱਚੋਂ ਉਹ ਕਹਿੰਦੇ ਇੱਕ ਅਦੀ ਮੋਰ ਕੱਢਣ ਲਈ ਹੱਥ ਪਾਉਂਦਾ ਤੇ ਕਹਿੰਦੇ ਉੱਚ ਤੇ ਜਿਵੇਂ ਕੀੜੇ ਹੋਣ ਉਹਦੇ ਹੱਥ ਤੇ ਵੱਢਦੇ ਨੇ ਕਹਿੰਦੇ ਇੱਕੋ ਦਮ ਉਦੇ ਹੱਥ ਚੋਂ ਨਾਲ ਹੀ ਇੱਕ ਦਰਿਆ ਵਹਿੰਦਾ ਹੁੰਦਾ ਤੇ ਉਹ ਇੱਕੋਦਮ ਉਹ ਪੋਟਲੀ ਨੂੰ ਵਗਾਹ ਕੇ ਤੇ ਵਿੱਚ ਮਾਰਦਾ ਕਹਿੰਦੇ ਹੁਣ ਉਹਦੇ ਹੱਥ ਕੁਝ ਵੀ ਨਹੀਂ ਆਉਂਦਾ ਜਿਹੜੀਆਂ ਹਜ਼ਾਰ ਮੋਹਰਾਂ ਸਨ ਉਹ ਵੀ ਗਵਾ ਲੀਆਂ ਤੇ ਜਿਹੜਾ ਉਹਨੇ ਲਾਲਚ ਕੀਤਾ ਸੀ ਰਾਜੇ ਦੇ ਘਰ ਉਂਝ ਤਾਂ ਕੁਝ ਮਿਲ ਜਾਣਾ ਸੀ ਤੇ ਉਹ ਵੀ ਗਵਾ ਲਿਆ ਹੁਣ ਦੁਬਾਰਾ ਭੀਖ ਮੰਗਣ ਲੱਗਿਆ ਇਸ ਤੋਂ ਹੁਣ ਆਪਾਂ ਨੂੰ ਕੀ ਸਿੱਖਣਾ ਮਿਲਦਾ ਉਹਨੂੰ ਭੀਖ ਮੰਗਣ ਤੋਂ ਬਿਨਾਂ ਜਿਵੇਂ ਉਹਦੇ ਹੱਥ ਕੁਝ ਨਹੀਂ ਨਾ ਆਇਆ ਐਵੇਂ ਲਾਲਚ ਦਾ ਫਲ ਉਸ ਨੂੰ ਮਿਲ ਗਿਆ ਸੀ ਲਾਲਚ ਐਵੇਂ ਹਰ ਮਨੁੱਖ ਨੂੰ ਅੰਨ੍ਹਾ ਕਰ ਦਿੰਦਾ ਹੈ ਉਸ ਨੂੰ ਕੁਝ ਵੀ ਦਿਖਣ ਨਹੀਂ ਦਿੰਦਾ ਪਰ ਉਹਦਾ ਸਭ ਕੁਝ ਲੁੱਟ ਪਸੁੱਟ ਕੇ ਲੈ ਜਾਂਦਾ ਕਦੀ ਵੀ ਜ਼ਿੰਦਗੀ ਵਿੱਚ ਲਾਲਚ ਨਹੀਂ ਕਰਨਾ ਚਾਹੀਦਾ ਲਾਲਚ ਅੰਨ੍ਹਾ ਕਰਕੇ ਮਨੁੱਖ ਤੋਂ ਸਾਰਾ ਕੁਝ ਖੋਹ ਲੈਂਦਾ ਜੋ ਮਨੁੱਖ ਦੂਜਿਆਂ ਨੂੰ ਦੇਣ ਦੀ ਭਾਵਨਾ ਰੱਖਦਾ ਤੇ ਹਮੇਸ਼ਾ ਸਬਰ ਤੇ ਸੰਤੋਖ ਨਾਲ ਇਮਾਨਦਾਰੀ ਨਾਲ ਜੰਮ ਬਤੀਤ ਕਰਦਾ ਉਹਦੇ ਕਾਰ ਬਰਕਤ ਲੈਂਦੀ ਉਹ ਇੱਕ ਦਾਣੇ ਨੇ ਉਹਨੂੰ ਭੁੱਖੇ ਢੇਡਣੀ ਸੀ ਰਹਿਣ ਦਿੱਤਾ ਜੇਕਰ ਉਹ ਚੰਗੇ ਤਰ੍ਹਾਂ ਚੱਲਦਾ ਤੇ ਇੱਕ ਦਾਣੇ ਦੀ ਬਰਕਤ ਨਹੀਂ ਉਹਨੂੰ ਚੜ੍ਹ ਪਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਾ ਦਿਨਾ ਸੀ ਪਰ ਉਹਦੇ لالਚ ਨੇ ਉਹਦੇ ਕੋਲ ਜੋ ਹੈ ਸੀ ਉਹ ਵੀ ਲੁੱਟ ਪਸੁੱਟ ਲਿਆ ਇਸ ਲਈ ਜ਼ਿੰਦਗੀ 'ਚ ਕਦੇ ਵੀ لالਚ ਨਹੀਂ ਕਰਨਾ ਚਾਹੀਦਾ ਕਿੰਦੀ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਮੰਗਤਾ ਰਿਹਾ ਕਰਦਾ ਸੀ ਕਹਿੰਦੇ ਉਹਨੇ ਦਿਨ ਦੇ ਚੜ੍ਹਾ ਦੇ ਨਾਲ ਲੋਕਾਂ ਦੇ ਘਰ ਚਲੇ ਜਾਇਆ ਕਰਨਾ ਜੋ ਮਿਲਿਆ ਕਰਨਾ ਉਹ ਲਿਆ ਕੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਿਆ ਕਰਨਾ ਉਹਦੇ ਦੋ ਬੱਚੇ ਤੇ ਇੱਕ ਪਤਨੀ ਸੀ ਕਹਿੰਦੇ ਅੱਜ ਜਦੋਂ ਸਵੇਰ ਹੋਈ ਨਾ ਤੇ ਕਹਿੰਦੇ ਉਸ ਨਗਰ ਦੇ ਵਿੱਚ ਜਿਵੇਂ ਮੱਸਿਆ ਪੁੰਨਿਆ ਦਸਵੀਂ ਪੈਂਚਵੀਂ ਐਵੇਂ ਦੇ ਦਿਹਾੜਿਆਂ ਨੂੰ ਬੜਾ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਸੀ ਕਹਿੰਦੇ ਉਸ ਦਿਨ ਲੋਕ ਦਾਨ ਦਿਲ ਖੋਲ ਕੇ ਕਰਿਆ ਕਰਦੇ ਸੀ ਕਹਿੰਦੇ ਅੱਜ ਵੀ ਕੋਈ ਦਿਹਾੜਾ ਸੀ ਉਹ ਸੋਚਣ ਲੱਗਾ ਵੀ ਅੱਜ ਤਾਂ ਬੜਾ ਕੁਝ ਮਿਲੇਗਾ ਕਹਿੰਦੇ ਸਵੇਰ ਹੋਈ ਤੇ ਆਪਣੇ ਘਰੋਂ ਕੁਝ ਕਣਕ ਦੇ ਦਾਣੇ ਉਹਨੇ ਆਪਣੇ ਬਾਟੇ 'ਚ ਪਾ ਕੇ ਤੇ ਘਰੋਂ ਤੁਰਿਆ ਜਾਂਦਾ ਕਿੰਦੇ ਮਨ ਚ ਇਹੀ ਸੋਚਦਾ ਜਾਂਦਾ ਹੈ ਵੀ ਅੱਜ ਤਾਂ ਬੜਾ ਕੁਝ ਮਿਲੇਗਾ। ਕਿੰਦੇ ਤੁਰਦਾ ਤੁਰਦਾ ਅੱਗੇ ਨਗਰ ਦੇ ਵਿੱਚ ਚਲਾ ਜਾਂਦਾ। ਕਿੰਦੇ ਜਦੋਂ ਨਗਰ ਦੇ ਵਿੱਚ ਗਿਆ ਨਾ ਤੇ ਦੇਖਦਾ ਹੈ ਵੀ ਸਾਹਮਣੋਂ ਨਾ ਰਾਜਾ ਰੱਥ ਦੇ ਉੱਤੇ ਚੜ ਕੇ ਤੇ ਆਈ ਜਾਂਦੇ। ਕਿੰਦੇ ਹੁਣ ਮਨ ਚ ਖਿਆਲ ਆਉਂਦਾ ਵੀ ਅੱਜ ਤੱਕ ਕਦੀ ਰਾਜੇ ਤੋਂ ਦਾਨ ਨਹੀਂ ਮਿਲਿਆ। ਜਦੋਂ ਜਾਂਨਾ ਵਾ ਰਾਜਾ ਬਾਹਰ ਹੁੰਦਾ ਜਾਂ ਫਿਰ ਉਹ ਬੂਹੇ ਤੋਂ ਹੀ ਮੈਨੂੰ ਵਾਪਸ ਜਿਹੜੇ ਖੜੇ ਨੇ ਦਰਬਾਰੀ ਉਹ ਮੋੜ ਦਿੰਦੇ ਨੇ। ਅੱਜ ਰਾਜਾ ਆਪ ਚੱਲ ਕੇ ਆਉਂਦੇ ਆ। ਅੱਜ ਤੇ ਬੜਾ ਵੱਡਾ ਧਾਨ ਮਿਲੇਗਾ ਕਿੰਦੇ ਆਪਣੇ ਖਿਆਲਾਂ ਦੇ ਵਿੱਚ ਉਹ ਗਵਾਚਿਆ ਹੋਇਆ ਸੀ ਇੰਨੇ ਨੂੰ ਰਾਜੇ ਦਾ ਰਤ ਕੋਲ ਆ ਕੇ ਤੇ ਖੜਾ ਹੋ ਜਾਂਦਾ ਹੈ ਰਾਜਾ ਥੱਲੇ ਉੱਤਰ ਕੇ ਹੱਥ ਜੋੜ ਕੇ ਉਹਨੂੰ ਨਮਸਕਾਰ ਕਰਦਾ ਰਾਜੇ ਨੇ ਕਿਹਾ ਮੈਂ ਤੇਰੇ ਕੋਲ ਆਪ ਚੱਲ ਕੇ ਆਇਆ ਮੈਨੂੰ ਜਿਹੜੇ ਜੋ ਵੀ ਕਹਿ ਲੋ ਵੀ ਗਿਆਨਵਾਨ ਉਹਨਾਂ ਕਿਹਾ ਵੀ ਆਪਣੇ ਰਾਜ ਤੇ ਨਾ ਬੜਾ ਵੱਡਾ ਕੋਈ ਸੰਕਟ ਆਉਣ ਵਾਲਾ ਹੈ ਤੈਨੂੰ ਸਭ ਤੋਂ ਪਹਿਲਾਂ ਜੋ ਵੀ ਮਨੁੱਖ ਮਿਲੇ ਉਸ ਤੋਂ ਕੁਝ ਵੀ ਤੂੰ ਮੰਗ ਕੇ ਤੇ ਲੈ ਆਈਂ ਜੋ ਮੰਗੇ ਲੈ ਕੇ ਆਏਗਾ ਉਹਦੇ ਨਾਲ ਆਪਣਾ ਕਲਿਆਣ ਹੋ ਜਾਏਗਾ ਕਿੰਦੇ ਸਭ ਤੋਂ ਪਹਿਲਾਂ ਮੈਨੂੰ ਤੂੰ ਮਿਲਿਆ ਤੇ ਮੈਂ ਤੇਰੇ ਅੱਗੇ ਆਪਣਾ ਪੱਲਾ ਅੱਡ ਕੇ ਤੇਰੇ ਤੋਂ ਧਾਨ ਮੰਗਦਾ ਹੁਣ ਉਹ ਮੰਨਤੇ ਨੇ ਸਾਰੀ ਉਮਰ ਸਿਰਫ ਲੈ ਆਈ ਸੀ ਕਦੇ ਕਿਸੇ ਨੂੰ ਦਿੱਤਾ ਤਾਂ ਹੈ ਹੀ ਨਹੀਂ ਸੀ ਕਿੰਦੇ ਵੰਡਣ ਦੀ ਨੀਤ ਤਾਂ ਉਹਨੇ ਕਦੇ ਦੇਖੀ ਨਹੀਂ ਸੀ ਹੁਣ ਉਹ ਸੋਚਣ ਲੱਗਾ ਵੀ ਮੈਂ ਇਹਨੂੰ ਕੀ ਦਵਾਂ ਉਹਨੇ ਕਣਕ ਦਾ ਦਾਣਾ ਚੁੱਕਿਆ ਤੇ ਉਹਨੂੰ ਦੇ ਦਿੱਤਾ ਹੁਣ ਦੇਣਾ ਵੀ ਪੈਣਾ ਸੀ ਕਿਉਂਕਿ ਰਾਜਾ ਸੀ ਉਹਨੇ ਕਣਕ ਦਾ ਦਾਣਾ ਉਹਦੀ ਤਲੀ ਦੇ ਉੱਤੇ ਰੱਖ ਦਿੱਤਾ ਜਦੋਂ ਉੱਤੇ ਰੱਖਿਆ ਤੇ ਸਾਰਾ ਦਿਨ ਇਹੀ ਸੋਚਦਾ ਰਿਹਾ ਹਾਈ ਮੇਰਾ ਦਾਣਾ ਚਲਾ ਗਿਆ ਹਾਈ ਮੇਰਾ ਦਾਣਾ ਚਲਾ ਗਿਆ ਕਿੰਨੇ ਜਦੋਂ ਸ਼ਾਮ ਨੂੰ ਘਰ ਗਿਆ ਤੇ ਉਹਨੇ ਆਪਣੀ ਘਰ ਵਾਲੀ ਨੂੰ ਉਹ ਜਿਹੜੇ ਆਪਣਾ ਝੋਲਾ ਟਾਂਗਦਾ ਸੀ ਉਹ ਦਿੱਤਾ ਘਰ ਵਾਲੀ ਜਦੋਂ ਉਹਨੂੰ ਆਟਾ ਪੀਣ ਲੱਗੀ ਨਾ ਤੇ ਚ ਇੱਕ ਦਾਣਾ ਚਮਕਦਾ ਪਿਆ ਸੀ ਉਹਨੇ ਕਿਹਾ ਵੀ ਅੱਜ ਇਹ ਦਾਣਾ ਕਿਵੇਂ ਜਦੋਂ ਦੇਖਿਆ ਤਾਂ ਉਹ ਦਾਣਾ ਸੋਨੇ ਦਾ ਸੀ ਉਹਦੇ ਕੋਲ ਲੈ ਕੇ ਗਈ ਉਹਨੂੰ ਕਿਹਾ ਅੱਜ ਤੁਹਾਨੂੰ ਇੱਕ ਦਾਣਾ ਸੋਨੇ ਦਾ ਮਿਲਿਆ ਉਹਨੇ ਸਾਰੀ ਗੱਲ ਦੱਸ ਦਿੱਤੀ ਉਧਿਕਾਰ ਵਾਲੀ ਕਹਿੰਦੀ ਜੋ ਆਪਾਂ ਦਾਨ ਦਿੰਨੇ ਆ ਉਹ ਦਾਨ ਆਪਣੇ ਲਈ ਸੋਨਾ ਬਣ ਜਾਂਦਾ ਜੋ ਆਪਾਂ ਇਕੱਠਾ ਕਰਦੇ ਆ ਉਹ ਮਿੱਟੀ ਹੋ ਜਾਂਦਾ ਉਹ ਖੜਾ ਹੋ ਕੇ ਤੇ ਰੋਣ ਲੱਗ ਜਾਂਦਾ ਕਿੰਦਾ ਮੈਂ ਇੱਕ ਦਾਣਾ ਹੀ ਦਾਨ ਦਿੱਤਾ ਸੀ ਤੇ ਉਹ ਦਾਨ ਸੋਨੇ ਦੇ ਰੂਪ ਵਿੱਚ ਪ੍ਰਾਪਤ ਹੋ ਗਿਆ ਕਾਸ਼ ਮੈਂ ਸਾਰਾ ਹੀ ਦਿੱਤਾ ਹੁੰਦਾ ਤੇ ਸਾਰਾ ਸੋਨੇ ਦੇ ਰੂਪ ਚ ਹੋ ਜਾਂਦਾ ਤੇ ਆਪਣੇ ਵੀ ਦਿਨ ਬਦਲ ਜਾਂਦੇ ਉਹ ਖੜਾ ਹੋ ਕੇ ਤੇ ਰੋਣ ਲੱਗਾ ਉਹਨੂੰ ਸਮਝ ਆ ਗਿਆ ਕਿ ਵੰਡਣ ਵਿੱਚ ਹੀ ਸਾਰਾ ਕੁਝ ਹੈ ਕਿੰਦਾ ਮਿਹਨਤ ਕਰਕੇ ਤੇ ਖਾਣ ਲੱਗਾ ਇਸ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਜੇਸਤੇ ਨੀਤ ਵੰਡਣ ਦੀ ਹੋਵੇ ਹੁੰਦੀ ਹੈ ਨਾ ਵੀ ਦੇਣ ਦੀ ਹੁੰਦੀ ਹੈ ਦੂਜਿਆਂ ਦੀ ਮਦਦ ਕਰਨ ਦੀ ਹੁੰਦੀ ਹੈ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਜੋ ਸਿਰਫ ਲੈਣ ਦੀ ਨੀਤ ਰੱਖਦਾ ਉਹਦੀ ਕਦੇ ਪੂਰੀ ਨਹੀਂ ਪੈਂਦੀ ਦਾਨ ਉਹ ਚੀਜ਼ ਹੈ ਜੋ ਮਨੁੱਖ ਦੇ ਭਾਗ ਬਦਲ ਦਿੰਦੀ ਹੈ ਇਸ ਲਈ ਦੇਣ ਦੀ ਨੀਤ ਰੱਖਿਆ ਕਰੋ ਵੰਡਣ ਦੀ ਨੀਤ ਰੱਖਿਆ ਕਰੋ ਮਦਦ ਕਰਨ ਦੀ ਨੀਤ ਰੱਖਿਆ ਕਰੋ ਤੁਹਾਡੇ ਕਰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ